ਹੁਣ ਮੈਂ ਤੁਹਾਨੂੰ ਫਿਲਹਾਲ ਲੈ ਕੇ ਚੱਲਦੀ ਹਾਂ ਓਨਟੈਰੀਓ, ਜਿੱਥੇ ਖਾਲਸਾ ਦਰਬਾਰ ਵਿਖੇ 2-story ਕੰਪਲੈਕਸ ਬਣ ਕੇ ਤਿਆਰ ਹੋ ਚੁੱਕੀ ਹੈ। ਜੀ ਹਾਂ, ਇਸ ਕੰਪਲੈਕਸ ਦੇ ਵਿੱਚ ਰਾਗੀ ਸਾਹਿਬਾਨ ਦੇ ਰਹਿਣ ਲਈ ਕਮਰੇ ਤਾਂ ਬਣਾਏ ਹੀ ਗਏ ਨੇ, ਪਰ ਨਾਲ ਦੇ ਨਾਲ ਬੱਚਿਆਂ ਦੇ ਲਈ ਡਿਫਰੈਂਟ ਐਕਟੀਵਿਟੀਜ਼ ਦੇ ਲਈ ਜਿਮ ਵੀ ਖੋਲ੍ਹਿਆ ਗਿਆ ਹੈ। ਇਸ ਦਾ ਮਕਸਦ ਸਿਰਫ ਤੇ ਸਿਰਫ ਇਹ ਹੈ ਕਿ ਗੁਰਬਾਣੀ ਦੇ ਨਾਲ ਨਾਲ ਬੱਚਿਆਂ ਨੂੰ ਸਪੋਰਟਸ ਦੇ ਨਾਲ ਵੀ ਜੋੜਿਆ ਜਾਏ। ਮੇਰਾ ਜਨਮ ਸ਼ਾਇਦ ਇੱਥੇ ਇਸ ਗੁਰੂ ਘਰ ਤੋਂ, ਜਾਂ ਮੈਂ ਸਭ ਕੁਛ ਜੋ ਵੀ ਜ਼ਿੰਦਗੀ ਵਿੱਚ ਸਿੱਖਿਆ, ਚਾਹੇ ਉਹ ਗੁਰਮਤ ਵਿਚਾਰ, ਚਾਹੇ ਆਪਣੇ ਤਬਲਾ ਵਜਾਉਣਾ, ਗੁਰਮੁਖੀ ਪੜ੍ਹਨੀ, ਸਿੱਖ ਹਿਸਟਰੀ, ਸਿੱਖ ਵਿੱਦਿਆ ਜੋ ਮੈਂ ਲਈ ਹੈ, ਇਸ ਗੁਰੂ ਘਰ ਦੇ ਨਾਲ ਮੈਂ ਜੁੜਿਆ ਹੈਗਾ। ਅਤੇ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਜਦੋਂ ਜਿਮ ਦੇ ਨਾਲ ਵੀ ਸਾਨੂੰ ਸਪੋਰਟਸ ਦੇ ਨਾਲ ਵੀ ਗੁਰੂ ਘਰ ਜੋੜਦੇ ਆ, ਜੋ ਕਿ ਆਪਣੀ ਯੰਗ ਜਨਰੇਸ਼ਨ ਆ ਉਹ ਵੀ ਗੁਰੂ ਘਰ ਦੇ ਨਾਲ ਜੁੜ ਸਕੇ ਕਿਸੇ ਤਰੀਕੇ ਨਾਲ। ਆਪਾਂ ਡਿਕਸੀ ਰੋਡ ਗੁਰਦੁਆਰਾ ਸਾਹਿਬ ਓਨਟੈਰੀਓ ਖਾਲਸਾ ਦਰਬਾਰ ਵਿਖੇ ਇੱਕ 2-story ਕੰਪਲੈਕਸ ਬਣਾਇਆ, ਜਿਹਦੇ ਵਿੱਚ 8 ਕਮਰੇ ਬਣੇ ਨੇ, ਨਾਲ ਵਾਸ਼ਰੂਮ ਬਣੇ ਨੇ, ਨਵਾਂ ਫਰਨੀਚਰ ਪਾਇਆ ਗਿਆ, ਸਾਰਾ ਕੁਛ ਬ੍ਰੈਂਡ ਨਿਊ ਆ ਉਹ ਬਣਾਇਆ ਹੈਗਾ। ਇੱਥੇ ਜਿੰਨੇ ਪਾਠੀ ਸਿੰਘ, ਰਾਗੀ ਸਿੰਘ ਆਉਂਦੇ ਨੇ, ਆਪਣੇ ਕੋਲ ਤਕਰੀਬਨ 13-14 ਕੀਰਤਨੀ ਜਥੇ ਹੁੰਦੇ ਨੇ, ਪਾਠੀ ਸਿੰਘ ਹੁੰਦੇ ਨੇ, ਢਾਡੀ ਜਥਾ, ਉਹਨਾਂ ਦੀ ਸਾਰਿਆਂ ਦੀ ਅਸੀਂ ਨਵੀਂ ਰਿਹਾਇਸ਼ ਬਣਾਈ ਆ। ਜਿਹੜੀ ਪਹਿਲਾਂ ਰਿਹਾਇਸ਼ ਸੀਗੀ ਉਹ ਇੰਨੀ ਵਧੀਆ ਨਾ ਹੋਣ ਕਰਕੇ ਅਸੀਂ ਕੋਸ਼ਿਸ਼ ਕੀਤੀ ਆ, ਜਿਸ ਤਰ੍ਹਾਂ ਸਾਡਾ ਲਿਵਿੰਗ ਸਟੈਂਡਰਡ ਵਧੀਆ ਹੈਗਾ, ਇਹਨਾਂ ਪ੍ਰਚਾਰਕਾਂ ਦਾ ਵੀ ਲਿਵਿੰਗ ਸਟੈਂਡਰਡ ਵਧੀਆ ਹੋਣਾ ਚਾਹੀਦਾ। ਅਸੀਂ ਸੰਗਤਾਂ ਨਾਲ ਇਹ ਵਾਅਦਾ ਕਰ ਰਹੇ ਹਾਂ, ਡਿਕਸੀ ਗੁਰਦੁਆਰਾ ਹਮੇਸ਼ਾ ਹੀ ਬੱਚਿਆਂ ਦਾ ਸਾਥ ਦਿੱਤਾ, ਸਾਥ ਦਿੰਦੇ ਰਹਾਂਗੇ ਜਿੰਨਾ ਚਿਰ ਅਸੀਂ ਪ੍ਰਬੰਧਕ ਹੈਗੇ ਹਾਂ। ਕਿਆ ਬਾਤ ਹੈ ਜੀ, ਇਹ ਤਾਂ ਆਪਣੇ ਆਪ ਵਿੱਚ ਹੀ ਇੱਕ ਅਨੋਖੀ ਪਹਿਲ ਹੈ। ਇਸ ਕੰਪਲੈਕਸ ਨੂੰ ਬਣਾਉਣ ਦੇ ਮਗਰ ਜਿੰਨੀਆਂ ਵੀ ਪਰਸਨੈਲਿਟੀਜ਼ ਦਾ ਹੱਥ ਹੈ, ਉਹਨਾਂ ਨੂੰ ਮੇਰੇ ਵੱਲੋਂ ਸਲਿਊਟ ਹੈ ਜੀ।